बिस्मिल्लाह रहमान रहीम। अस्सलाम वालेकुम, कैसे हैं मेरे बहन भाई? उम्मीद कर दी कि मेरे बहन भाई सब खुश होंगे, आबाद होंगे। अल्लाह मेरे बहन भाई ने खुश रखे, आबाद रखे। इसी प्यारी सी दुआ दे नाल आज दे ब्लॉग दा कर दिया गाज। जिन्ना मेरे बहन भाई ने प्यारी बेटियां चैनल सब्सक्राइब नहीं किया, सब्सक्राइब कर लो, बेल का बटन प्रेस कर लो, ताकि आने वाली वीडियो हर वक्त मेरे बहन भाइयों तक पहुँचती रहे। बाकी जो भी सीन होगा अपने बहन भाइयों ने शेयर करें। ਸਦੀ ਭਾਈ ਦੇ ਨਾਮ ਕੀ ਸੀ? ਮਾਮੂ ਦੀ ਅੰਦਰ ਭਾਈ ਦੀ ਬੇਟੀ ਪਿਆ ਖਾਣੇ ਦਾ ਇੰਤਜ਼ਾਮ ਕੀਤਾ ਹੋ ਭਾਈ ਨੇ। ਭਾਈ ਨੇ ਮਾਸ਼ਾਅੱਲਾ ਖਾਣਾ ਤੇ ਮੇਰੇ ਘਰ ਭਾਈ ਖਾ ਸਕਦੇ ਪਰ ਬੜਾ ਮੈਂ ਇਸ ਖਾਣੇ ਤੇ ਬੜਾ ਖੰਡੂਸ ਆ ਸਾਡੇ ਬੱਚਿਆਂ ਦਾ ਇਹਨਾਂ ਦਿੱਲੇ ਦੀ ਚਟਨੀ ਸਪੈਸ਼ਲ ਅੱਲਾ ਇਹਨਾਂ ਨੂੰ ਤੰਦਰੁਸਤੀ ਦੇ। ਯਾਨੀ ਕਿ ਖਾਣਾ ਤੇ ਘਰ ਵੀ ਖਾਈਦਾ ਬਾਹਰ ਵੀ ਸਾਰਾ ਕੁਝ, ਲੇਕਿਨ ਇਹ ਚੀਜ਼ ਇੱਕ ਮੁਹੱਬਤ ਇੱਕ ਜਿਸ ਤਰ੍ਹਾਂ ਕਹਿੰਦੇ ਨਾ ਬੰਦੇ ਦੀ ਆਪਣੇ ਭੈਣ ਭਰਾ ਜਿੱਥੇ ਤੱਲਗ ਆ ਉੱਥੇ ਉਹਨੂੰ ਤੋਹਫਾ ਦਿਓ ਮੁਹੱਬਤ ਵਾਸਤੇ। ਇਹ ਖੰਡੂਸ ਹੈ ਇਹਨਾਂ ਦੀ ਹੈ ਜਿਹੜੀ ਚਾਹਤ ਹੈ ਨਾ ਇਹ, ਯਾਨੀ ਕਿ ਇਹਦੇ ਵਿੱਚ ਯਾਨੀ ਕਿ ਮਿਰਚ ਮਸਾਲਾ ਘੱਟ ਹੈ ਤੇ ਖੰਡੂਸ ਜ਼ਿਆਦਾ ਹੈ। ਅੱਲਾਹ ਤਾਲਾ ਚਾਹੁੰਦੀ ਹੈ ਕਿ ਅੱਲਾਹ ਤਾਲਾ ਹਰ ਮੇਰੇ ਪੈਟਰਾਂ ਨੂੰ ਬਰਕਤ ਦੇਵੇ, ਆਮੀਨ। ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਮਿਲਣ ਜੁਲਣ ਦੀਆਂ ਤਫੀਕਾਂ ਦੇਵੇ ਯਾ ਰੱਬੇ ਆਲਮੀਨ। ਹਰ ਕਿਸੇ ਤੇ ਰਹਿਮਤ ਜਨਾ ਨਵਾਜ਼ੇ ਸੋਹਣਾ ਰੱਬ। ਬਾਕੀ ਜੀ ਇਹ ਖਾਣਾ ਲੱਗੇ ਆ ਖਾਣ, ਖਾਣਾ ਖਾਣ ਤੋਂ ਬਾਅਦ ਜੋ ਵੀ ਸੀਨ ਹੋਇਆ ਆਪਣੇ ਭੈਣ ਭਾਈਆਂ ਨਾਲ ਜ਼ਰੂਰ ਸ਼ੇਅਰ ਕਰਾਂਗੇ। ਜੇ ਕਿਸੇ ਭੈਣ ਭਾਈ ਦੇ ਖਾਣਾ ਹੋਵੇ ਤੇ ਆ ਸਕਦਾ ਜੀ, ਤੁਹਾਡੇ ਸਮੀਰ ਦੀ ਤਮੰਨਾ ਬਿਲਕੁਲ ਆ ਸਕਦਾ ਪਰ ਮਿਲ ਜੁਲ ਕੇ ਇਨਸ਼ਾ ਅੱਲਾਹ ਤਾਲਾ ਖਾਵਾਂਗੇ। ਅੱਲਾਹ ਤਾਲਾ ਖੈਰ ਦੇ। ਅੱਛਾ ਜੀ, ਖਾਣਾ ਖਾ ਲਿਆ ਸੀ? ਖਾਣੇ ਤੋਂ ਬਾਅਦ ਚਾਹ ਪੀ ਰਹੇ ਮਾਮੂ ਵੀ ਪੀ ਹਟੇ ਕਿ ਪਤਾ ਨਹੀਂ ਪੀ ਰਹੇ, ਮਾਮੂ ਪੀ ਲੈ ਕੇ ਰਹਿ ਗਈ। ਹਾਂ ਮਾਮੂ ਨੇ ਵੀ ਥੋੜ੍ਹੀ ਜਿਹੀ ਪੀਤੀ, ਬਸ ਗੱਲਾਂ ਬਾਤਾਂ 'ਚ ਚਾਹ ਪੀਂਦੇ ਹਾਂ ਆਸਾ ਆਸਾ। ਅਤੇ ਭਾਬੀ ਵੀ ਪੀ ਰਹੇ ਆ, ਭਾਬੀ ਵੀ ਖਾਣਾ ਖਵਾ ਖਵਾ ਕੇ ਨਹਾ ਗਏ, ਚਾਹ ਬਣਾ ਕੇ ਲਾਏ। ਅਤੇ ਭਾਈ ਦੀ ਵੀ ਪਈ ਹੈ, ਮੇਰੀ ਵੀ ਹਜੇ ਪਈ, ਅਸੀਂ ਹਜੇ ਪੀਣੀ ਹੈ। ਅਤੇ ਸਾਮੀਆਂ ਬੇਟੀ ਵੀ ਪੀ ਜਾਂਦੀ। ਬਾਕੀ ਜੋ ਵੀ ਸੀਨ ਹੋਊਗਾ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ। ਮੇਰੇ ਭਰਾਵਾਂ ਨੇ ਇਹ ਵੀ ਦੱਸਣਾ ਵੀ ਅੱਜ ਆਪਦੇ ਮਾਮੂ ਦੇ ਆਣ ਦੀ ਖੁਸ਼ੀ 'ਚ ਮੇਰੀ ਧੀ ਹੈ ਖੁਸ਼ ਹੈ ਜਾਂ ਅੱਗੇ ਵਾਲਾ ਇਹਦਾ ਚਿਹਰਾ ਜਾਂ ਤਲਸਰ ਹੈ ਜਾਂ ਅੱਜ ਵੀ ਫਰਕ ਪਿਆ ਹੈ। ਅੱਜ ਮੈਨੂੰ ਤਾਂ ਬਹੁਤ ਹੋਰ ਤਰ੍ਹਾਂ ਦਾ ਲੱਗਦਾ ਵੀ ਸ਼ਾਇਦ ਤੁਸੀਂ ਮੇਰੀ ਧੀ ਹੈ। ਹਾਂਜੀ ਨਹੀਂ ਮਾਮੂ, ਮੈਂ ਤੁਹਾਨੂੰ ਜੋ ਮਹਿਸੂਸ ਹੋਇਆ ਮੈਂ ਵਾਕਈ ਖੁਸ਼ ਹਾਂ ਤੁਹਾਡੇ ਆਉਣ ਤੋਂ। ਹਾਂਜੀ ਹਾਂ, ਸ਼ਾਮੀ ਵੀ ਸ਼ਾਮੀ ਵੀ। ਹਾਂਜੀ ਕਹਿੰਦੇ ਨੀ ਆਪਣਿਆਂ ਨਾਲ ਕੰਮ ਸ਼ੇਅਰ ਕਰਨ ਨਾਲ ਦੁੱਖ ਅੱਧਾ ਘੱਟ ਜਾਂਦਾ, ਤੇ ਮਾਮੂ ਤੁਹਾਡੇ ਆਉਣ ਨਾਲ ਵਾਕਈ ਘਟਿਆ। ਬਸ ਬੱਚੇ ਯਾਦ ਆਉਂਦੇ ਰਹਿੰਦੇ, ਆਪਣੀ ਜ਼ਿੰਦਗੀ ਯਾਦ ਤੇ ਜਿਹੜੀ ਬਣ ਗਈ ਆ ਯਾਦ ਆਉਂਦੀ, ਦਿਲ ਪਰੇਸ਼ਾਨ ਹੁੰਦਾ। ਜਲਦੀ ਜਲਦੀ ਦਿਲ ਲਾ ਕੇ ਆਪਣਾ ਕੰਮ ਜਿਹੜਾ ਵਾ ਨਾ ਮੋਬਾਈਲ ਦਾ ਰਹਿ ਗਿਆ ਵਾ ਕੁਝ, ਤੇ ਉਹ ਵੀ ਜਿਹੜਾ ਹੁੰਦਾ ਜਲਦੀ ਜਲਦੀ ਸਿੱਖ ਕੇ ਤੇ ਆਪਣੇ ਬੱਚਿਆਂ ਦੇ ਵੀ ਜਿੰਦਾ ਰਹਿ ਦੁੱਖਾਂ ਨਾਲ ਜਿੰਦਗੀ ਨਾਲ ਨਾ ਸਖਤ ਹੋ ਕੇ ਮੁਕਾਬਲਾ ਕੀਤਾ ਜਾਂਦਾ ਉਹਦੇ ਨਾਲ। ਹਰ ਹਾਲ ਚ ਸੋਹਣੇ ਮਾਲਕ ਦਾ ਸ਼ੁਕਰ ਹੋ ਗਿਆ ਜਿੱਥੇ ਉਹ ਰੱਖਦਾ ਵਾ ਉਹਦੇ ਮੁਤਾਬਕ ਰਹਿਣਾ ਪੈਂਦਾ, ਰਹਿਣਾ ਵੀ ਪੈਂਦਾ ਮਾਮੂ ਜਿੱਥੇ ਸੋਹਣਾ। ਹਾਂਜੀ ਬਿਲਕੁਲ ਸਹੀ ਗੱਲ ਹੈ। ਕਹਿੰਦੇ ਨੇ ਇਹ ਸੋਹਣਾ ਸਾਡੇ ਦੁੱਖ ਜਿਹੜਾ ਦੀ ਮਸੂਖ ਨੂੰ ਜੁਲੇ ਨਾ ਮਿਲ ਜੇ ਗੱਲ ਤੇ ਇਹ ਹੈ ਨਾ ਵੀ ਜੇ ਉਹ ਇਸ ਕਹਿੰਦੇ ਜਰਾਦੀ ਆ ਸੋਹਣਾ ਵਸਤੂ ਦੀ ਰਜ਼ਾ ਦੇ ਨਾਲ ਵੀ ਤਾਂ ਖੁਸ਼ ਰਹਿਣਾ ਪੈਂਦਾ। ਅੱਲਾਹ ਤਾਲਾ ਦੀ ਵਾ ਸਬਰ ਜਮੀਲ ਦਾ ਕਰਨ ਵਾਲੇ ਸਬਰ ਮੰਗਿਆ ਕਰੋ। ਅਸਲ ਤੋਂ ਕਿਆ ਵੀ ਔਰ ਪਾਲਣ ਪਲਾਣਾ ਇਹਨਾਂ ਨੂੰ ਵਾਰਸ ਹੋਈ ਹੈ, ਵਾਰਸ ਹੋਈ ਨਾ ਅਸੀਂ ਪਾਲ ਸਕਦੇ ਨਾ ਕੋਈ ਪਾਲ ਰਿਹਾ, ਇਹਨਾਂ ਨੂੰ ਸੋਹਣਾ ਮਾਲਕ ਪਾਲਦੇ ਆ। ਤੇ ਗੱਲ ਕਹਿੰਦਾ ਬੱਚਿਆਂ ਨੇ ਇਹਨਾਂ ਲਿਆ ਤਾਂ ਇਹਨਾਂ ਦੇ ਨਸੀਬਾਂ 'ਚ ਬਹੁਤ ਕੁਛ ਰਹਿ ਜਾਣਾ ਇਨਸ਼ਾ ਅੱਲਾਹ ਤਾਲਾ। ਤੂੰ ਇੱਕ ਦਿਨ ਦੇਖਣਾ ਸੋਹਣੇ ਰੱਬ ਨੇ ਇੰਨੀਆਂ ਰਹਿਮਤਾਂ ਕਰ ਦੇਣੀਆਂ। ਆਮੀਨ। ਲੰਗੀਆਂ ਤਾਂ ਸਾਰੇ ਗਾਉਂ ਭੁੱਲ ਜਾਣੇ ਪਿੱਛੇ। ਅੱਲਾ ਮੇਰੇ ਬੱਚੇ ਨੂੰ ਨੇਕ ਬਣਾਵੇ, ਅੱਲਾ ਤੰਦਰੁਸਤੀ ਦੇਵੇ, ਸਾਰਾ ਬਣ ਜਾਵੇ ਮਾਂ ਦਾ। ਤੀਆਂ ਤੇ ਬਗਾਨੀਆਂ ਹੁੰਦੀਆਂ ਆਪਣੇ ਘਰ ਚਲ ਜਾਣਗੀਆਂ, ਅੱਲਾ ਉਹਨਾਂ ਦੇ ਨਸੀਬ ਚੰਗੇ ਕਰੇ, ਬਸ ਦੁੱਖ ਨਾ ਦਾਵੇ। ਹਾਂਜੀ ਲੈ ਲਓ ਇਹਨਾਂ ਦਾ ਸਾਥ ਤੇ ਬੇਟੇ ਪੁੱਤਰਾਂ ਨੂੰ ਵੀ ਪਿਆਰਾ ਹੈ। ਹਾਂਜੀ ਹਾਂਜੀ ਸਮਝੋ ਤੇਰੇ ਪੁੱਤਰ ਹੀ ਆ ਜੀ, ਅੱਲਾਹ ਤਾਲਾ ਨੇ ਤੈਨੂੰ ਅਗਰ ਇੱਕ ਪਾਸੇ ਵੀ ਤੇਰੀ ਅਜ਼ਮਾਇਸ਼ ਅੱਲਾਹ ਪਾਸ ਨੇ ਇਹਨਾਂ ਨੂੰ ਇਹਨਾਂ ਦੇ ਦੇਣਾ ਅੱਛਾ ਬਣਾ ਦੇਣਾ ਤੇ ਤੂੰ ਆਮੀਨ ਆਮੀਨ ਮਹਿਸੂਸ ਨਹੀਂ ਹੋਣੀ ਤੇ ਮੈਂ ਤੇਰੇ ਦੀ ਦੁੱਖ ਦੀ ਐਸੀ ਅੱਲਾਹ ਪਾਸ ਦੇ ਨਾਲ ਤੰਦਰੁਸਤੀ ਦੇਵੇ ਔਰ ਅਗਲਾ ਨੇਕ ਬਣਾ ਇਹ ਤੇਰੇ ਪੁੱਤਰ ਹੀ ਆ ਇਨਸ਼ਾਅੱਲਾ। ਅੱਲਾਹ ਇਹਨਾਂ ਨੂੰ ਨੇਕ ਬਣਾਵੇ ਮਾਮੂ, ਤੇ ਇਹਨਾਂ ਨੂੰ ਅੱਲਾਹ ਤਾਲਾ ਜ਼ਹੀਨ ਬਣਾਵੇ ਤੇ ਮਾਂ ਅੱਲਾਹ ਤੰਦਰੁਸਤੀ ਦੇਵੇ, ਬਸ ਬਦਰਾਜ ਕਰੇ ਅੱਲਾਹ। ਭਾਬੀ ਨੇ ਬਿਸਤਰੇ ਲਗਾ ਤੇ, ਮਾਮੂ ਆ, ਅਫਜ਼ਲ ਭਾਈ ਆ, ਮੈਂ ਸਾਮੀ ਬੇਟੀ ਨੂੰ ਸਲਾਹ ਦਿੱਤਾ ਮੈਂ, ਭਾਬੀ ਨੇ ਬਿਸਤਰੇ ਕਰਤੇ ਸੀ
सामने बैठी थी सौंगी हानी उधर सौंगी ते आवे निक्की जी मुर्गी मुन्नी जी चूची जी आके पता नहीं गिजी हुई भाभी ने इन्हों ना कहते चार पाई तो पैना आराम ना सामिया के ना लागे पई हुई ते भाभी भला सामिया ने भावे ठा दे आसानी हो जाती नाले भाभी बर्तन धोने वाला जूठा रखना नहीं चाहिए इन्हें आप खाना खाई साफ सुथरा अच्छा लगता दवा दिता ना आराम दूसरा भी ना धोने वाला बर्तन जूठा रखना नहीं चाहिए अच्छी गल भाभी आप गर्मी भवा सर्दी भवा जिन्ने मर्जी थके बर्तन असि धो के रखने होंगे असी कदी भी आप मेरे बर्तन नहीं रखे कदी धोन आले ते कईयां दे पए हुंदे सुबह नहीं उठ के धोंदियां इस्तेमाल करो अल्लाह दऊगा भाभी दऊगा इंशाल्लाह भाभी दे नाश्ता बना लिया भाभी नाश्ता बना के रख ले हार्ड पार्ट बहुत प्यारा दे भाभी होना ले हाँ जी ला लो मजेदार लगती है भाभी मजेदार लगती है रात की रोटी ताकत वाली होंगी भाई साजिद के भाई दूसरा अफजल ते मामू इधर नहर वाले सैर करन गए वाह करन गए भाभी नाश्ता बना के रखी जाते मामू भाई साजिद भाई अफजल आते कट्ठे नाश्ता करते भाभी ने बिस्तरे वगैरह चक के रखे ते बाकी नाश्ता करते जो भी सीन होगा अपने भैन भाइय ने शेर पास कर मामू ने आगे वाह करके हम मामू होना नाश्ता दिने भाभी मामू होना नाश्ता देने लगे सालन चार अंब नहीं है अंब खत्म हो गए ना सीजन खत्म हो गए भाभी दिंदे मामू नाश्ता मामू होना मामू ने नाश्ता कर दे मामू होना भाभी नाश्ता दिंदे नाश्ता कर दे बैग कमर के बिस्तरे चक रहे कमरे चा बैड की चादर इधर सारी सैटिंग कर दी छाड़ा छूड़ा दी
पंजा चार पाई चक के बाहर करती, कंबल वगैरह बैड से चकती, चादर सीधी करती, निका बेबी ब्याह खेडन दिया सराने दे नाल टेक ला के। किरण बेटा मैंने चुत्ती सामिया दी नहीं लभी, पता नहीं बेटा रात इतने रही सी इन्हें, उधर भी नहीं मिली मम्मू राशे तलो चाचू राशे तल। नहीं नहीं बेटा इधर ही सी रात हो गए भाई, ओदे मिल गई ओदे, ओ चको सामी दहान गया चक बेटे चक, तुसी भी नाश्ता करो हाथ तो वहां पर भी नाश्ता करिए, फिर कपड़े चेंज कर दे तो मम्मू शाह दल जावांगे मामू होना नाल फिर ठीक है। चलो ठीक है लैके चल पाइए सामियां दे जित्ती। अच्छा जी भाई उन्होंने झाड़ू वगैरह ला ली, भाभी उन्होंने सफाई वगैरह कर ली, नाश्ता अंदर करन दे भाई। कमरे की सफाई कर ली भाभी उन्होंने, बिस्तरे वगैरह सारे चुक ले। मौसम भी काफी ठंडा है, सूरज ना घट अज निकलिया है बस मध्यम मध्यम जहा, हवा सिली सिली चलन दी, ठंडी ठंडी बहुत मजेदार लगन दी, मौसम काफी चेंज हो गया, हवा चलती देख सकते मेरे भैन भाई, दे दफ्तर हवा चलन दी, बच्चे बैठे खेडन दे लिशा होने, ते भाभी ने चुल्हा इटा दा रखिया सी, फिर कल नवा पक्का चुल्हा लिया के भाभी कहते सैट करके रखा गे, कल लिया नवा चुल्हा मौसम काफी तब्दील हो गया, बदल गया काफी भाई ने सारे घर की सफाई भाभी ने कर ली, नाश्ता वगैरह भाभी ने करा दिता सारे। अच्छा जी भाभी ने नाश्ता सारे करा के भाभी खुद करन दे चाय बनान दे, ते मामू ते भाई अफजल असी करके नाश्ता आ गए भाई साजिद वालों, इधर भाई राशिद को बह गए भाई राशिद नु बुखार, ते भाई कि बुखार सही है तबीयत रात खराब हुई पहले तो असी गए भी कल खल लाल, ते भाई की तबीयत हूँ अपसैट जी, भैन भाइया ने शेयर की ते जो रिपोर्ट च आया, तो भाई ना रक्षा चला के ले गए, चला के ले तो सपोर्ट तो बगैर भी कल्ले चला के ले, तो भाई की तबीयत काफ़ी खराब हुई, अखा भी पीलियाँ बहुत नज़र आदियाँ, तो बहुत कमजोर दे नज़र आ, तो बुखार होया की कर सकते हूँ भाई, जे रोजी ना करन तब भी नहीं सरदा, छोटे छोटे बच्चे है तो बहुत मैं आप परेशान हो गई भी भाई कल तो ठीक सी, तो हूँ बुखार ना तपन दे तो चेहरा मर जाया काफ़ी अखा पीलियाँ हुई प, पता नहीं और थकावट नाल हो गया वा। भाई कहते दरकान वाले अक्सर ही रहा बुखार, कभी थोड़ा हो गया कभी ज्यादा हो गया, तो कल तो केवे नाल हो गया, अज भाई ने छुट्टी की, इस भाई को नहीं दवाई लवो नाल बुखार की भी, तो अपनी दूसरी तबीयत की भी अल आराम दूगा, कल चल जाइए रोज ही कमाया भी नहीं सरदा। और भाभी भाई रात फिर बुखार हो गया, हां जी नहीं नहीं दवाई दवा भाई अल्लाह बेहतर करूंगा, अल्लाह तंदुरुस्ती दवे अल्लाह सेहत दवे भाई, अल्लाह ने रोज घर बनाया अच्छी तरह हूं ओदा चला सके, अल्लाह तबीयत दवा करन मेरे भैन भाई मेरे वीर वास्ते राशिद वास्ते, अल्लाह मेरे वीर नु तंदुरुस्ती दवे, ते रोज घर बनाया वा भाई दा रक्षा, चलो मां दा भला होवे मेरे भाई नु बना के दिता बच्चों का, ते मेरे भाई दी सेहत वास्ते भी दवा करना मेरे भैन भाई ठीक हो गए तो अपने बच्चों की रोजी कमा सकन, हाँ जी हाँ जी मामू इंदा ही, हाँ जी चलो भाई को खाओ मेडिसिन खाओ कोई नाल चाय दे नाल, ते अल्लाह बेहतर करूगा अल्लाह तंदुरुस्ती दऊगा सेहत दऊगा, हाँ जी अपनी भैन याद रखियो, मेरी दुआ मेरी भैन भाइयों के नाल मिलेंगे नैक्सट वीडियो, अल्लाह हाफिज़।